कल ਸਾਡੀ ਮੋਗਾ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਹੈ। ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਅਸੀਂ ਮੋਗਾ ਬਰਨਾਲਾ ਰੋਡ ਦੇ ਉੱਤੇ ਇੱਕ ਨਾਕਾ ਲਾਇਆ ਸੀਗਾ, ਜਿਹਦੇ 'ਚ ਸਾਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਹੈ ਔਰ 10 ਕੁਇੰਟਲ ਭੁੱਕੀ ਜਿਹੜੀ ਹੈਗੀ ਉਹ ਆਪਾਂ ਬਰਾਮਦ ਕੀਤੀ ਹੈਗੀ ਹੈ। ਜਿਹੜੇ ਬੰਦੇ ਆਪਾਂ ਇਹਦੇ 'ਚ ਗ੍ਰਿਫਤਾਰ ਕੀਤੇ ਹੈਗੇ ਨੇ ਉਹਦੇ ਵਿੱਚੋਂ ਜਿਹੜਾ ਪਰਮਜੀਤ ਸਿੰਘ ਔਰ ਪੰਮਾ ਹੈਗਾ ਇਹ ਦੌਲੇਵਾਲ ਮਾਇਰ ਦਾ ਰਹਿਣ ਵਾਲਾ ਹੈਗਾ ਔਰ ਇਹਦੇ ਖਿਲਾਫ ਪਹਿਲਾਂ ਹੀ 16 ਪਰਚੇ ਦਰਜ ਹੈਗੇ ਨੇ, ਜਿਹਦੇ 'ਚੋਂ 12 ਪਰਚੇ ਜਿਹੜੇ ਨੇ ਉਹ NDPS ਐਕਟ ਦੇ ਹੈਗੇ ਨੇ ਔਰ ਇਹ 10 ਸਾਲਾਂ ਦੀ ਸਜ਼ਾ ਜੇਲ੍ਹ 'ਚ ਕੱਟ ਰਿਹਾ ਸੀਗਾ। ਮਈ ਮਹੀਨੇ 'ਚ ਇਹਨੂੰ ਪਰੋਲ ਮਿਲੀ ਸੀਗੀ ਔਰ ਇਹ ਪਰੋਲ ਤੋਂ ਜਿਹੜਾ ਹੈਗਾ ਭਗੋੜਾ ਹੋ ਗਿਆ ਸੀ ਔਰ ਉਸ ਤੋਂ ਬਾਅਦ ਵੀ ਲਗਾਤਾਰ ਇਸ ਕੰਮ ਵਿੱਚ ਲੱਗਾ ਹੋਇਆ ਸੀਗਾ। ਜਦੋਂ ਇਹਨੂੰ ਕੱਲ੍ਹ ਫੜ ਕੇ ਇਹਦੀ ਪੁੱਛਗਿੱਛ ਕੀਤੀ ਹੈਗੀ ਹੈ ਤਾਂ ਇਹਨੇ ਕਾਫੀ ਵੱਡੇ ਖੁਲਾਸੇ ਕੀਤੇ ਹੈਗੇ ਨੇ, ਜਿਹਦੇ 'ਚ ਅਗਲੀ ਤਫਤੀਸ਼ ਸਾਡੀ ਜਾਰੀ ਹੈਗੀ ਹੈ। ਔਰ ਇਸ ਦੇ ਨਾਲ ਜਿਹੜਾ ਹੈਗਾ ਆਪਾਂ ਦੂਜਾ ਬੰਦਾ ਜਿਹੜਾ ਫੜਿਆ ਹੈਗਾ ਹਰਪ੍ਰੀਤ ਸਿੰਘ ਔਰ ਫੈਪੀ, ਇਹ ਧਰਮਕੋਟ ਦਾ ਰਹਿਣ ਵਾਲਾ ਹੈਗਾ, ਇਹਦੇ 'ਤੇ ਵੀ 4 ਕੁਇੰਟਲ ਭੁੱਕੀ ਦਾ ਇੱਕ ਪਰਚਾ ਪਹਿਲਾਂ ਦਾ ਹੈਗਾ, ਇਹ ਧਰਮਕੋਟ ਇਲਾਕੇ ਦਾ ਰਹਿਣ ਵਾਲਾ। ਇਹ ਕਾਹਦੇ ਵਿੱਚ ਲੈ ਕੇ ਆਏ ਸੀ ਸਰ? ਇਹ 16 ਟਾਇਰੀ ਜਿਹੜਾ ਟਰੱਕ ਹੁੰਦਾ ਹੈਗਾ ਉਹਦੇ ਵਿੱਚ ਲੈ ਕਰਕੇ ਆਏ ਸੀਗੇ ਔਰ ਬਹੁਤ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਇਹ ਜਿਹੜੇ ਆਪਣੇ ਓਨੀਅਨ ਦੇ ਜਿਹੜੇ ਬੈਗ ਸੀਗੇ, ਕੰਧੇ ਦੇ ਜਿਹੜੇ ਬੈਗ ਹੁੰਦੇ ਨੇ ਆਪਣੇ ਪਿਆਜ਼ ਦੇ, ਉਹਦੇ ਥੱਲੇ ਇਹਨਾਂ ਨੇ ਆਪਣੀ ਭੁੱਕੀ ਦੇ ਬੈਗਸ ਛੁਪਾਏ ਹੋਏ ਸੀਗੇ। 425 ਬੋਰੀਆਂ ਜਿਹੜੀਆਂ ਸੀਗੀਆਂ ਉਹ ਪਿਆਜ਼ ਦੀ ਸੀਗੀਆਂ ਔਰ ਜਿਹੜੀ ਇਹ ਬੋਰੀਆਂ ਹੈਗੀਆਂ ਨੇ ਆਪਣੇ 50 ਬੋਰੀਆਂ ਭੁੱਕੀ ਦੀ ਸੀਗੀਆਂ। ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਗਏ ਨੇ, ਬਾਕੀ ਅਗਲੀ ਤਫਤੀਸ਼ ਇਹਨਾਂ ਦੇ ਕੋਲੋਂ ਆਪਾਂ ਕਰ ਰਹੇ ਹਾਂ। ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਪਹੁੰਚਦੇ ਸਰ, ਸਿਕਿਉਰਿਟੀ ਨੂੰ ਲੈ ਕੇ ਵੀ ਗੱਲ ਕਰ ਲਈਏ ਤਾਂ ਬਹੁਤ ਚੈੱਕ ਪੁਆਇੰਟਸ ਆਉਂਦੇ ਸਰ? ਦੇਖੋ ਜੀ, ਇਹ ਬੰਦੇ ਜਿਹੜੇ ਕਿ ਕਾਫੀ ਸ਼ਾਤਿਰ ਹੁੰਦੇ ਹੈਗੇ ਨੇ, ਇਹ ਉਸ ਹਿਸਾਬ ਨਾਲ ਹੀ ਆਪਣਾ ਜਿਹੜਾ ਹੈਗਾ ਸ਼ਡਿਊਲ ਬਣਾਉਂਦੇ ਹੈਗੇ ਨੇ ਕਿ ਘੱਟ ਤੋਂ ਘੱਟ ਸਿਕਿਉਰਿਟੀ ਇਹਨਾਂ ਨੂੰ ਟੈਕਲ ਕਰਨੀ ਪਵੇ ਅਤੇ ਮੂਵਮੈਂਟ ਮੋਸਟਲੀ ਜਿਹੜੀ ਇਹਨਾਂ ਦੀ ਹੁੰਦੀ ਹੈ ਉਹ ਰਾਤ ਦੀ ਹੁੰਦੀ ਹੈ। ਦਿਨ ਵੇਲੇ ਆਪਣੇ ਟਰੱਕ ਨੂੰ ਕਿਤੇ ਨਾ ਕਿਤੇ ਖੜਾ ਕਰਕੇ ਔਰ ਰਾਤ ਦੇ ਟਾਈਮ 'ਤੇ ਮੂਵਮੈਂਟ ਕਰਦੇ ਹਨ ਤਾਂ ਜੋ ਪੁਲਿਸ ਜ਼ਿਆਦਾ ਹੈਗਾ ਇਹਨਾਂ ਨੂੰ ਰੋਕ ਕਰਕੇ ਚੈਕਿੰਗ ਨਾ। ਸਰ, ਮਈ 'ਚ ਇਹਨੂੰ ਪਰਮਜੀਤ ਪੰਮੇ ਨੂੰ ਪੈਰੋਲ ਮਿਲੀ ਹੈ, ਮਈ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਕਿੰਨੀ ਵਾਰੀ ਜਿਹੜਾ ਚੋਰ ਆਪਾਂ ਉਸ ਤੋਂ ਲਿਆ ਚੁੱਕਾ ਹੁਣ? ਦੇਖੋ, ਇਹਦੇ ਬਾਰੇ ਅਜੇ ਆਪਣੀ ਤਫਤੀਸ਼ ਚੱਲ ਰਹੀ ਹੈਗੀ, ਬਟ ਤੁਹਾਨੂੰ ਯਾਦ ਹੋਏਗਾ ਆਪਾਂ ਜੁਲਾਈ ਮਹੀਨੇ 'ਚ ਇੱਕ ਸਰਚ ਕਰਾਈ ਸੀਗੀ ਦੌਲੇਵਾਲ ਦੀ ਔਰ ਉਦੋਂ ਇਹਦੇ ਘਰੋਂ ਸਾਨੂੰ 3 ਕਿਲੋ ਭੁੱਕੀ ਅਤੇ 58,500 ਰੁਪਏ ਡਰੱਗ ਮਨੀ ਬਰਾਮਦ ਹੋਈ ਸੀਗੀ। ਉਦੋਂ ਵੀ ਆਪਾਂ ਇਹਦੇ 'ਤੇ ਇੱਕ ਪਰਚਾ ਦਰਜ ਕੀਤਾ ਸੀਗਾ, ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇਹ ਉੱਥੇ ਹੈਗਾ, ਬਟ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਦੌਲੇਵਾਲ ਦੇ ਬੰਦੇ ਕਾਫੀ ਸ਼ਾਤਿਰ ਹੈਗੇ ਨੇ, ਜਦੋਂ ਵੀ ਪੁਲਿਸ ਦੀ ਵਹੀਕਲਸ ਵਗੈਰਾ ਇਹਨਾਂ ਨੂੰ ਦਿਖ ਜਾਂਦੇ ਨਾਲ ਦੇ ਨਾਲ ਭੱਜ ਜਾਂਦੇ ਨੇ ਆਪਣੇ ਘਰਾਂ ਨੂੰ ਛੱਡ ਕੇ। ਇਹਦੀ ਪ੍ਰੋਪਰਟੀ ਪਹਿਲਾਂ ਆਪਾਂ ਅਟੈਚਮੈਂਟ ਕਰਾ ਰੱਖੀ ਹੈਗੀ ਹੈ ਔਰ ਬਾਕੀ ਹੁਣ ਆਪਾਂ ਹੋਰ ਦੁਬਾਰਾ ਤੋਂ ਇਹਦੀ ਪੁੱਛਗਿੱਛ ਕਰਕੇ ਆਈਡੈਂਟੀਫਾਈ ਕਰ ਰਹੇ ਹਾਂ ਕਿ ਇਹਨੇ ਕਿਹੜੀ ਹੋਰ ਨਵੀਂ ਪ੍ਰੋਪਰਟੀ ਕਿਤੇ ਹੋਰ ਬਣਾਈ ਹੋਈ ਹੈ, ਉਹਦਾ ਲੁਧਿਆਣੇ ਜਲੰਧਰ ਕਿਤੇ ਹੋਰ ਬਣਾਈ ਹੋਵੇ ਉਹਨੂੰ ਵੀ ਆਪਾਂ ਅਟੈਚਮੈਂਟ ਕਰ ਰਹੇ ਹਾਂ। ਦੇਖੋ ਜੀ, ਪਰੋਲ ਜੰਪਰ ਕਹਿੰਦੇ ਨੇ ਆਪਾਂ, ਪੀਓ ਨਹੀਂ ਕਹਿੰਦੇ ਇਹਨੂੰ। ਜਦੋਂ ਬੰਦਾ ਸਜ਼ਾ ਕੱਟ ਰਿਹਾ ਹੁੰਦਾ ਉਹਨੂੰ ਪਰੋਲ ਮਿਲਦੀ ਹੈਗੀ ਹੈ, ਅਗਰ ਉੱਥੋਂ ਭਗੋੜਾ ਹੋ ਜਾਂਦਾ ਤਾਂ ਉਹਨੂੰ ਪਰੋਲ ਜੰਪਰ ਕਹਿੰਦੇ ਹੈਗੇ ਆ, ਅਤੇ ਪਰੋਲ ਜੰਪਰ ਹੋ ਗਿਆ ਸੀਗਾ। ਉਸ ਤੋਂ ਬਾਅਦ ਇਹਦੇ ਉੱਤੇ ਲਗਾਤਾਰ ਆਪਣੀ ਨਿਗਰਾਨੀ ਜਾਰੀ ਸੀਗੀ ਕਿ ਕਿੱਥੇ ਹੈਗਾ। ਜਦੋਂ ਆਪਾਂ ਪਿਛਲੀ ਰੇਡ ਕੀਤੀ ਉਦੋਂ ਵੀ ਇਹ ਭੱਜ ਗਿਆ ਆਪਣੇ ਘਰੋਂ ਔਰ ਇਸ ਵਾਰੀ ਕਾਫੀ ਅੱਛੀ ਇਨਫੋਰਮੇਸ਼ਨ ਭੇਜ ਦਿੱਤੇ SHO ਸਾਹਿਬ ਨੇ ਅਤੇ DSP ਸਾਹਿਬ ਨੇ ਇਹਨੂੰ ਫੜਿਆ ਹੈਗਾ ਰੰਗੇ ਹੱਥੀ 10 ਕੁਇੰਟਲ ਭੁੱਕੀ ਦੇ ਨਾਲ।